ਸਾਤਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਬਰਨ ਕੌਰ ਮਾਨ ਖਬਰਾਂ ਦੇ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਦੁਬਈ ਤੋਂ ਆਈ ਸਪਾਈਸ ਜੱਟ ਦੀ ਉਡਾਣ ਚੋਂ ਮਿਲਿਆ 1015 ਗ੍ਰਾਮ ਸੋਨਾ ਬਰਾਮਦ ਸੋਨੇ ਦੀ ਕੀਮਤ 50 ਲੱਖ ਤੋਂ ਵੱਧ ਅਮਰੀਕਾ ਦਾ ਯੂਕਰੇਨ ਨੂੰ ਸਮਰਥਨ ਜਾਰੀ ਕੀਤਾ 60 ਕਰੋੜ ਡਾਲਰ ਦੇ ਵਾਧੂ ਫੌਜੀ ਪੈਕੇਜ ਦਾ ਐਲਾਨ ਨਿਵੇਸ਼ ਅਤੇ ਰਾਸ਼ਟਰੀ ਸੁਰੱਖਿਆ ਕੌਣ ਜੋ ਬਾਈਡਨ ਨੇ ਉੱਚਾ ਕਦਮ ਨਿਸ਼ਾਨੇ ਤੇ ਚੀਨੀ ਕੰਪਨੀਆਂ ਰੂਸ ਨੇ ਦੁਨੀਆ ਭਰ ਦੇ ਲੋਕਾਂ ਦੀ ਪ੍ਰਭੂਸੱਤਾ ਖੋਣ ਦੀ ਕੀਤੀ ਕੋਸ਼ਿਸ਼ ਅਮਰੀਕਾ ਰੂਥ ਯੂਕਰੇਨ جنگ ਵਿਚਾਲੇ ਪੁਤਿਨ ਦੀ ਕਾਰ ਨੂੰ ਬੰਬ ਨਾਲ ਅਡਾਉਣ ਦੀ ਕੋਸ਼ਿਸ਼ ਕਈ ਗਾਰਡ ਸਸਪੈਂਡ ਕੈਨੇਡਾ ਚ 40 ਨੌਜਵਾਨਾਂ ਨੇ ਘੇਰਿਆ ਪੁਲਿਸ ਅਫਸਰ ਲਟਕੀ ਰਿਪੋਰਟ ਹੋਣ ਦੀ ਤਲਵਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਆਈ ਸਪਾਈਸ ਜੈਟ ਦੀ ਉਡਾਣ ਚੋਂ 1015 ਗ੍ਰਾਮ ਸੋਨਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਬਰਾਮਦ ਕੀਤੇ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸੋਨਾ 에ਅਰਲਾਈਨ ਦਾ ਸਟਾਫ ਮੈਂਬਰ ਰਾਹੁਲ ਦੁਬਈ ਤੋਂ ਲਿਆਇਆ ਸੀ ਸ਼ੱਕ ਪੈਣ ਤੇ ਉਸ ਦੀ ਤਲਾਸ਼ੀ ਲਈ ਗਈ ਤਾਂ 1015 ਗ੍ਰਾਮ ਸੋਨਾ ਬਰਾਮਦ ਹੋਇਆ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਮਰੀਕਾ ਯੂਕਰੇਨ ਨੂੰ 600 ਮਿਲੀਅਨ ਡਾਲਰ ਦੀ ਵੱਧੂ ਫੌਜੀ ਸਹਾਇਤਾ ਪ੍ਰਦਾਨ ਕਰੇਗਾ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਕਿਹਾ ਕਿ ਮੈਂ ਸਤੰਬਰ 2021 ਤੋਂ ਯੂਕਰੇਨ ਲਈ ਅਮਰੀਕੀ ਹਥਿਆਰਾਂ ਅਤੇ ਸਾਜ਼ੋ-ਸਮਾਨ ਦੇ 21 ਵੇ ਡਰਾਅ ਡਾਊਨ ਅਧਿਕਾਰਤ ਕਰ ਰਿਹਾ ਹਾਂ 600 ਮਿਲੀਅਨ ਡਾਲਰ ਦੇ ਡਰਾਅ ਡਾਊਨ ਵਿੱਚ ਅਮਰੀਕੀ ਰੱਖਿਆ ਵਿਭਾਗ ਤੋਂ ਵੱਧੂ ਹਥਿਆਰ ਗੋਲਾ ਬਾਰੂਦ ਅਤੇ ਸਾਜ਼ੋ-ਸਮਾਨ ਸ਼ਾਮਲ ਹੈ ਅਮਰੀਕੀ ਫੌਜ ਨੇ ਇਸ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਨੂੰ ਲਗਭਗ 15.8 ਮਿਲੀਅਨ ਡਾਲਰ ਪ੍ਰਦਾਨ ਕੀਤੇ ਨੇ। ਉਹਨਾਂ ਨੇ ਕਿਹਾ ਕਿ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਅਮਰੀਕਾ ਉਹਨਾਂ ਹਥਿਆਰਾਂ ਅਤੇ ਸਾਜ਼ੋ-ਸਮਾਨ ਨੂੰ ਵੰਡ ਰਿਹਾ ਜਿਨ੍ਹਾਂ ਦੀ ਯੂਕਰੇਨ ਦੀ ਫੌਜ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਰਹੀ ਹੈ ਕਿਉਂਕਿ ਉਹ ਰੂਸ ਦੇ ਹਮਲੇ ਦਾ ਜਵਾਬ ਦੇਣਾ ਜਾਰੀ ਰੱਖੇ ਹੋਏ ਨੇ। ਬਲਿੰਕਨ ਮੁਤਾਬਕ ਰਾਸ਼ਟਰਪਤੀ ਵਾਈਡਨ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਸਥਿਤੀ ਸੁਲਝ ਨਹੀਂ ਜਾਂਦੀ ਅਮਰੀਕਾ ਯੂਕਰੇਨ ਦੇ ਲੋਕਾਂ ਦਾ ਸਮਰਥਨ ਕਰੇਗਾ। ਉਹਨਾਂ ਨੇ ਕਿਹਾ ਕਿ ਧੀਰਜ ਅਤੇ ਦ੍ਰਿੜ ਇਰਾਦੇ ਨਾਲ ਯੂਕਰੇਨ ਦੇ ਲੋਕ ਆਪਣੀ ਮਾਤਭੂਮੀ ਦੀ ਰੱਖਿਆ ਕਰ ਰਹੇ ਨੇ ਉਹ ਆਪਣੇ ਭਵਿੱਖ ਲਈ ਲੜ ਰਹੇ ਨੇ ਅਮਰੀਕਾ ਲਗਾਤਾਰ ਯੂਕਰੇਨ ਦੀ ਮਦਦ ਕਰ ਰਿਹਾ ਯੂਕਰੇਨ ਵੀ ਬੜੀ ਬਹਾਦਰੀ ਨਾਲ ਜੰਗ ਲੜ ਰਿਹਾ ਅਤੇ ਦੁਸ਼ਮਣਾਂ ਨੂੰ ਪਿੱਛੇ ਤਾਕ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੋ ਸਮਰਥਨ ਪ੍ਰਦਾਨ ਕਰ ਰਹੇ ਹਾਂ ਉਹ ਯੂਕਰੇਨ ਦੇ ਲੋਕਾਂ ਦੀ ਜੰਗ ਦੇ ਮੈਦਾਨ ਵਿੱਚ ਮਦਦ ਕਰ ਰਿਹਾ ਅਤੇ ਭਵਿੱਖ ਵਿੱਚ ਗੱਲਬਾਤ ਲਈ ਯੂਕਰੇਨ ਨੂੰ ਵੀ ਮਜ਼ਬੂਤ ਬਣਾ ਰਿਹਾ ਬਲਿੰਕਨ ਨੇ ਦੁਹਰਾਇਆ ਕਿ ਮਾਰਕਾਟੇ ਉਸਦੇ ਸਹਿਯੋਗੀ ਯੂਕਰੇਨ ਦਾ ਸਮਰਥਨ ਕਰਦੇ ਨੇ ਜ਼ਿਕਰ ਹੋ ਗਿਆ ਕਿ ਰੂਸੀ ਫੌਜ ਨੇ ਮਾਸਕੋ ਦੁਆਰਾ ਯੂਕਰੇਨ ਦੇ ਵੱਖਰੇ ਖੇਤਰਾ ਡੋਨੇਸਟਕ ਅਤੇ ਲੋਹਾਨਸਕ ਨੂੰ ਸੁਤੰਤਰ ਸੰਸਥਾਵਾਜੂ ਮਾਨਤਾ ਦੇਣ ਤੋਂ 3 ਦਿਨ ਬਾਅਦ 24 ਫਰਵਰੀ ਨੂੰ ਯੂਕਰੇਨ ਵਿੱਚ ਇੱਕ ਫੌਜੀ ਕਾਰਵਾਈ ਸ਼ੁਰੂ ਕੀਤੀ ਬ੍ਰਿਟੇਨ ਅਮਰੀਕਾ ਕੈਨੇਡਾ ਤੇ ਯੂਰੋਪੀ ਸੰਘ ਸਮੇਤ ਕਈ ਦੇਸ਼ਾਂ ਨੇ ਯੂਕਰੇਨ ਵਿੱਚ ਰੂਸੀ ਦੀ ਫੌਜੀ ਕਾਰਵਾਈ ਦੀ ਨਿੰਦਾ ਕੀਤੀ ਹੈ ਤੇ ਮਾਸਕੋ ਤੇ ਪਾਬੰਦੀਆਂ ਲਗਾਈਆਂ ਨੇ ਇਹਨਾਂ ਦੇਸ਼ਾਂ ਨੇ ਰੂਸ ਨਾਲ ਲੜਨ ਲਈ ਯੂਕਰੇਨ ਦੀ ਫੌਜੀ ਮਦਦ ਕਰਨ ਦਾ ਵਾਅਦਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਗੁਰਵਾਰ ਨੂੰ ਵਿਦੇਸ਼ੀ ਨਿਵੇਸ਼ ਅਤੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਇੱਕ ਕਾਰਜਕਾਰੀ ਆਦੇਸ਼ ਤੇ ਹਸਤਾਖਰ ਕਰ ਸਕਤੇ ਨੇ ਵਾਈਡਨ ਪਰਵੰਧਨ ਇਸ ਕਾਰਜਕ੍ਰਮ ਦੇ ਆਦੇਸ਼ ਦਾ ਟੀਚਾ ਰਾਸ਼ਟਰੀ ਸੁਰੱਖਿਆ ਬਵਸਥਾ ਨੂੰ ਵਧੇਰੇ ਮਜ਼ਬੂਤ ਕਰਨਾ ਹੈ ਦਰਅਸਲ ਅਮਰੀਕੀ ਟੈਕਨੋਲੋਜੀ ਖੇਤਰ ਵਿੱਚ ਨਿਵੇਸ਼ਕ ਨਿਵੇਸ਼ ਤੇ ਲਗਾਮ ਲਗਾਉਣ ਲਈ ਅਮਰੀਕਾ ਦੁਆਰਾ ਇੱਕ ਕਦਮ ਉਠਾਇਆ ਜਾ ਰਿਹਾ ਖਬਰ ਐਨਏਪੀ ਦੇ ਦੇਸ਼ ਵਾਈਟ ਹਾਊਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਕਿਸੇ ਖਾਸ ਕਦਮ ਦੇ ਖਿਲਾਫ ਨਹੀਂ ਉਠਾਇਆ ਜਾ ਰਿਹਾ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਵਿੱਚ ਵਿਦੇਸ਼ੀ ਨਿਵੇਸ਼ ਦੀ ਨਿਗਰਾਨੀ ਰੱਖਣ ਵਾਲੀ ਟੀਮ ਵੱਲੋਂ ਦੇਖਣ ਨੂੰ ਹੋਏਗਾ। ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਰੂਸ ਅਤੇ ਉਸ ਦੇ ਇਸ਼ਾਰੇ ਤੇ ਕੰਮ ਕਰਨ ਵਾਲਿਆਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਪ੍ਰਭੂ ਸੱਤਾ ਸੰਪੰਨ ਫੈਸਲੇ ਲੈਣ ਦੀ ਸਮਰਥਾ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰਕੇ ਉਹਨਾਂ ਦੀ ਪ੍ਰਭੂ ਸੱਤਾ ਖੋਣ ਦੀ ਕੋਸ਼ਿਸ਼ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਅਸੀਂ ਯੂਕਰੇਨ ਤੇ ਰੂਸ ਦੀ جنگ ਦੇ ਸੰਦਰਭ ਵਿੱਚ ਯੂਕਰੇਨ ਦੀ ਪ੍ਰਭੂ ਸੱਤਾ ਤੇ ਰੂਸ ਦੇ ਹਮਲੇ ਬਾਰੇ ਗੱਲ ਕੀਤੀ ਹੈ। ਪਰ ਰੂਸ ਅਤੇ ਉਸ ਦੇ ਇਸ਼ਾਰੇ ਹਿੰਟ ਕੰਮ ਕਰਨ ਵਾਲਿਆਂ ਨੇ ਯੂਕਰੇਨ ਸਮੇਤ ਦੁਨੀਆ ਭਰ ਦੇ ਲੋਕਾਂ ਦੀ ਪ੍ਰਭੂਸੱਤਾ ਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ। ਉਹ ਉਹਨਾਂ ਨੂੰ ਇਹ ਫੈਸਲਾ ਕਰਨ ਦੀ ਯੋਗਤਾ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਕੌਣ ਕੰਟਰੋਲ ਕਰੇਗਾ, ਉਹਨਾਂ ਦੀ ਅਗਵਾਈ ਕੌਣ ਕਰੇਗਾ ਤੇ ਉਹਨਾਂ ਦੀਆਂ ਚੋਣਾਂ ਵਿੱਚ ਕੌਣ ਜਿੱਤੇਗਾ। ਪ੍ਰਾਈਸ ਨੇ ਕਿਹਾ ਰੂਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਾਡੀਆਂ ਚਿੰਤਾਵਾਂ ਨਿਸ਼ਚਿਤ ਤੌਰ ਤੇ ਇੱਕ ਦੇਸ਼ ਜਾਂ ਇੱਕ ਖੇਤਰ ਨੂੰ ਲੈ ਕੇ ਨਹੀਂ ਹਨ, ਸਗੋਂ ਇਹ ਵਿਸ਼ਵ ਵਿਆਪੀ ਨੇ। ਇਸ ਲਈ ਅਸੀਂ ਇਸ ਨੂੰ ਰੇਖਾਂਕਿਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਚੋਣ ਪ੍ਰਣਾਲੀਆਂ ਵਿੱਚ ਰੂਸ ਦੇ ਦਖਲ ਬਾਰੇ ਦੁਨੀਆ ਭਰ ਦੇ ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਾਈਸ ਨੇ ਕਿਹਾ ਜਦੋਂ ਸਾਡੇ ਕੋਲ ਰੂਸੀ ਦਖਲ ਅੰਦਾਜ਼ੀ ਬਾਰੇ ਖੁਫੀਆ ਜਾਣਕਾਰੀ ਸਮੇਤ ਕੋਈ ਵੀ ਜਾਣਕਾਰੀ ਹੁੰਦੀ ਹੈ ਤਾਂ ਅਸੀਂ ਅਕਸਰ ਉਸ ਗੁਪਤ ਜਾਣਕਾਰੀ ਨੂੰ ਪਾਈਵਾਲ ਦੇਸ਼ਾਂ ਦੀਆਂ ਸਰਕਾਰਾਂ ਨਾਲ ਸਾਂਝਾ ਕਰਦੇ ਹਾਂ ਅਸੀਂ ਉਸ ਦਾ ਕਲ ਅੰਦਾਜ਼ੀ ਨੂੰ ਨਾਕਾਮ ਕਰਨ ਦੇ ਤਰੀਕੇ ਲੱਭਣ ਲਈ ਉਨ੍ਹਾਂ ਨਾਲ ਕੰਮ ਕਰਦੇ ਹਾਂ ਕਈ ਵਾਰ ਉਨ੍ਹਾਂ ਨੂੰ ਜਨਤਕ ਵੀ ਕੀਤਾ ਜਾਂਦਾ ਹੈ ਰੂਸ-ਯੂਕਰੇਨ ਜੰਗ ਵਿਚਾਲੇ ਰੂਸੀ ਰਾਸ਼ਟਰਪਤੀ ਬਲਾਦੀਰ ਪੁਤਿਨ ਤੇ ਹਮਲਾ ਹੋਇਆ ਪੁਤਿਨ ਇਸ ਹਮਲੇ ਵਿੱਚ ਬਾਲ-ਬਾਲ ਬਚ ਗਿਆ ਹਾਲਾਂਕਿ ਰੂਸ ਨੇ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਪੁਤਿਨ ਦੀ ਲਿਮੋਜ਼ਿਨ ਕਾਰ ਨੇੜੇ ਬੰਬ ਸੁੱਟਿਆ ਗਿਆ ਪਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹਮਲਾ ਕਦੋਂ ਅਤੇ ਕਿੱਥੇ ਹੋਇਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਆਪਣੇ ਲਿਮੋਜ਼ਿਨ ਕਾਰ ਵਿੱਚ ਘਰਪੜਤ ਰਹੇ ਸਨ ਫਿਰ ਉਨ੍ਹਾਂ ਤੇ ਜਾਨਲੇਵਾ ਹਮਲਾ ਹੋਇਆ ਪੰਜ ਗੱਡੀਆਂ ਪੁਤਿਨ ਦੇ ਕਾਰ ਨੂੰ ਐਸਕੋਰਟ ਕਰ ਰਹੀਆਂ ਸਨ ਪਹਿਲੀ ਗੱਡੀ ਨੂੰ ਐਂਬੂਲੈਂਸ ਨੇ ਰੋਕਿਆ ਇਸ ਤੋਂ ਬਾਅਦ ਦੂਜੀ ਗੱਡੀ ਨੂੰ ਵੀ ਰੋਕ ਲਿਆ ਗਿਆ ਪੁਤਿਨ ਤੀਜੀ ਕਾਰ ਵਿੱਚ ਬੈਠੇ ਸਨ ਉਹਨਾਂ ਦੀ ਕਾਰ ਤੇ ਖੱਬੇ ਟਾਇਰ ਨੇੜੇ ਜ਼ੋਰਦਾਰ ਧਮਾਕਾ ਹੋਇਆ ਤੇ ਧੂਆ ਉੱਠਣ ਲੱਗਾ ਉਹਨਾਂ ਦੇ ਸੁਰੱਖਿਆ ਗਾਰਡ ਤੁਰੰਤ ਹਰਕਤ ਵਿੱਚ ਆ ਗਏ ਅਤੇ ਪੁਤਿਨ ਨੂੰ ਸੁਰੱਖਿਅਤ ਕਿਸੇ ਹੋਰ ਥਾਂ ਤੇ ਲਿਜਾਇਆ ਗਿਆ ਯੂਕਰੇਨ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ 2 ਮਹੀਨੇ ਪਹਿਲਾਂ ਮਈ ਵਿੱਚ ਪੁਤਿਨ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਵਿੱਚ ਉਨ੍ਹਾਂ ਦਾ ਬਚਾਅ ਹੋ ਗਿਆ ਯੂਕਰੇਨ ਦੇ ਖੂਫੀਆ ਡਾਇਰੈਕਟੋਰੇਟ ਦੇ ਮੁਖੀ ਕਿਰਲੋ ਵੁਡਨਾਵ ਨੇ ਕਿਹਾ ਸੀ 2 ਮਹੀਨੇ ਪਹਿਲਾਂ ਪੁੱਤਨ ਨੂੰ ਮਾਰਨ ਦੀ ਸਫਲ ਕੋਸ਼ਿਸ਼ ਕੀਤੀ ਗਈ ਸੀ ਇੱਕ ਰੂਸੀ ਟੈਲੀਗ੍ਰਾਮ ਚੈਨਲ ਦੇ ਮੁਤਾਬਕ ਇਹ ਹਮਲਾ ਆਤਮਕਾਤੀ ਹੋ ਸਕਦਾ ਹੈ ਕਿਉਂਕਿ ਪੁੱਤਨ ਦੇ ਕਾਫਲੇ ਦੀ ਪਹਿਲੀ ਕਾਰ ਨੂੰ ਰੋਕਣ ਵਾਲੀ ਐਂਬੂਲੈਂਸ ਦਾ ਡਰਾਈਵਰ ਅਮਰਿਤਕ ਪਾਇਆ ਗਿਆ ਸੀ ਉਸ ਦੀ লাশ ਮਿਲੀ ਇਸ ਦੇ ਨਾਲ ਹੀ ਪੁਤਿਨ ਨੂੰ ਲੈ ਕੇ ਜਾ ਰਹੇ ਇਸ ਪਹਿਲੀ ਕਾਰ ਵਿੱਚ ਮੌਜੂਦ ਤਿੰਨ ਲੋਕ ਕਲਾਪਤਾ ਹੋ ਗਏ ਰੂਸੀ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਦੇ ਹੈੱਡ ਬਾਡੀਗਾਰਡਸ ਨੇ ਕਈ ਗਾੜ੍ਹਾਂ ਨੂੰ ਮੁੱਤਲ ਕਰਕੇ ਤੇ ਨਜ਼ਰਬੰਦ ਕਰ ਦਿੱਤਾ ਗਿਆ ਪੁਤਿਨ ਦੀ ਮੂਵਮੈਂਟ ਬਾਰੇ ਉਹਨਾਂ ਦੀ ਸਿਕਿਉਰਿਟੀ ਸਰਵਿਸਿਜ਼ ਤੋਂ ਇਲਾਵਾ ਕਿਸੇ ਨੂੰ ਵੀ ਨਹੀਂ ਪਤਾ ਸੀ ਇਸ ਲਈ ਗਾਰਡ ਨੂੰ ਮੁੱਤਲ ਕਰਨ ਦਾ ਫੈਸਲਾ ਕੀਤਾ ਗਿਆ ਰਿਪੋਰਟਾਂ ਦੇ ਮੁਤਾਬਕ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਭਾਅ 24 ਫਰਵਰੀ ਤੋਂ ਪੁਤਿੰ ਦੇ 7 ਨਜ਼ਦੀਕੀ ਦੋਸਤਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਨੇ ਯੂਕਰੇਨ ਤੇ ਹਮਲੇ ਦਾ ਵਿਰੋਧ ਕੀਤਾ ਯੂਕਰੇਨ ਤੇ ਹਮਲੇ ਤੋਂ ਬਾਅਦ ਪੁਤਿੰ ਨੂੰ ਰੂਸੀ ਅਧਿਕਾਰੀਆਂ ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੰਯੁਕਤ ਰਾਸ਼ਟਰ ਵਿੱਚ ਰੂਸੀ ਡਿਪਲੋਮੈਟ ਬੋਰਸ ਨੇ ਸਿਕਿਉਰਿਟੀ ਕੌਂਸਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜੰਗ ਦੇ 28ਵੇਂ ਦਿਨ ਪੁਤਿੰ ਦੇ ਸੀਨੀਅਰ ਸਲਾਹਕਾਰ ਐਂਟੋਨੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ ਦੇ ਸਤਰੀ ਵਿੱਚ 40 ਪੰਜਾਬੀ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸਲ ਵਿੱਚ ਬੁੱਧਵਾਰ ਨੂੰ ਤਕਰੀਬਨ 40 ਪੰਜਾਬੀ ਨੌਜਵਾਨ ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਨੇ ਨੂੰ ਇੱਕ ਪੁਲਿਸ ਅਧਿਕਾਰੀ ਨੂੰ ਉਸ ਦੀ ਡਿਊਟੀ ਨਿਭਾਉਣ ਤੋਂ ਰੋਕਣਾ ਤੇ ਉਸ ਦਾ ਰਸਤਾ ਰੋਕਣ ਦੇ ਦੋਸ਼ ਵਿੱਚ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਨੇਡੀਅਨ ਪੁਲਿਸ ਦੇ ਕਾਂਸਟੇਬਲ ਸਰਬਜੀਤ ਸੰਗਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਇਸ ਮੂਹ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਉਦੋਂ ਉਲਝ ਪਿਆ ਜਦੋਂ ਇੱਕ ਪੁਲਿਸ ਅਧਿਕਾਰੀ ਨੇ ਇੱਕ ਕਾਰ ਚਾਲਕ ਨੂੰ ਰੋਕਿਆ ਤੇ ਇੱਕ ਟ੍ਰੈਫਿਕ ਨੋਟਿਸ ਜਾਰੀ ਕੀਤਾ ਜੋ ਸਟ੍ਰੌਬਰੀ ਹਿੱਲ ਪਲਾਜ਼ਾ 72 ਰੈਵਨਿਊ ਦੇ ਆਲੇ ਦੁਆਲੇ 3 ਘੰਟੇ ਤੱਕ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਿਹਾ ਸੀ ਕਾਰ ਤੋਂ ਲਾਊਡ ਸਪੀਕਰ ਹਟਾਉਣ ਦਾ ਨੋਟਿਸ ਦਿੱਤਾ ਗਿਆ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਹਾਲਾਂਕਿ ਕਈ ਨੌਜਵਾਨਾਂ ਨੇ ਅਧਿਕਾਰੀਆਂ ਨੂੰ ਰੋਕਿਆ ਤੇ ਉਸ ਨਾਲ ਦੁਰਵਿਵਹਾਰ ਕੀਤਾ ਉਸ ਦਾ ਰਸਤਾ ਰੋਕ ਦਿੱਤਾ ਨੌਜਵਾਨਾਂ ਨੇ ਹਾਈ ਬੇਸ ਸਪੀਕਰ ਲਗਾਏ ਸਨ ਅਤੇ ਕਾਰ ਨੂੰ ਮੋਡੀਫਾਈ ਕੀਤਾ ਸੀ ਨੋਟਿਸ ਆਫ ਆਰਡਰ ਦੇ ਅਨੁਸਾਰ ਕਾਰ ਡਰਾਈਵਰ ਨੂੰ ਆਪਣੀ ਵਾਹਨ ਤੋਂ ਉੱਚ ਬਾਸ ਸਪੀਕਰਾਂ ਨੂੰ ਹਟਾਉਣਾ ਪੈਂਦਾ ਹੈ ਕਨਸਟਬਲ ਨੇ ਕਿਹਾ ਕਿ ਨੌਜਵਾਨ ਨੇ ਕਥਤ ਤੌਰ ਤੇ ਪੁਲਿਸ ਅਧਿਕਾਰੀ ਨਾਲ ਦੁਰਵਿਹਾਰ ਕੀਤਾ ਤੇ ਉਸ ਦਾ ਰਸਤਾ ਰੋਕ ਦਿੱਤਾ ਘਟਨਾ ਦੀ ਵੀਡੀਓ ਰਿਕਾਰਡਿੰਗ ਵਿੱਚ 40 ਨੌਜਵਾਨ ਜਿਨ੍ਹਾਂ ਚੋਂ ਜ਼ਿਆਦਾਤਰ ਵਿਦਿਆਰਥੀ ਨੇ ਪੁਲਿਸ ਦੀ ਕਾਰ ਤੇ ਬੋਨਟ ਤੇ ਸੱਟ ਮਾਰਦੇ ਹੋਏ ਦੇਖੇ ਜਾ ਸਕਦੇ ਨੇ ਉਹਨਾਂ ਵਿੱਚੋਂ ਇੱਕ ਨੇ ਪੁਲਿਸ ਦੀ ਕਾਰ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਇਹਨਾਂ ਸਾਰਿਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ ਪਿਛਲੇ ਸਾਲ ਸਟ੍ਰੌਬਰੀ ਹिल्स ਦੇ ਕਈ ਨੌਜਵਾਨਾਂ ਨੂੰ ਗੁੰਡਾਗਰਦੀ ਕਰਨ ਦੇਸ਼ ਨਿਕਾਲਾ ਦਿੱਤਾ ਗਿਆ ਸੀ ਭਾਰਤੀ ਮੂਲ ਦੀ ਅਮਰੀਕੀ ਸਿਆਸੀ ਕਾਰਕੁਨ ਸ਼ਫਾਲੀ ਰਜਤਾਨ ਦੁੱਗਲ ਨੂੰ ਨੀਦਰਲੈਂਡ ਵਿੱਚ ਅਮਰੀਕਾ ਦੀ ਅਗਲੀ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ ਅਮਰੀਕੀ ਸੈਨਟ ਨੇ ਆਵਾਜ਼ ਬੋਟ ਰਾਹੀਂ ਇਸ ਅਹੁਦੇ ਲਈ ਦੁੱਗਲ ਦੇ ਨਾਮ ਦੀ ਪੁਸ਼ਟੀ ਕੀਤੀ ਹੈ ਦੁੱਗਲ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਨਿਕ ਅਹੁਦਿਆਂ ਤੇ ਦੋ ਹੋਰ ਲੋਕਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਕਸ਼ਮੀਰੀ ਪੰਡਤ ਭਾਈ ਚਾਰੇ ਨਾਲ ਸੰਬੰਧਤ ਦੁੱਗਲ ਦਾ ਜਨਮ ਹਰੀਦੁਆਰ ਵਿੱਚ ਹੋਇਆ ਸੀ ਅਤੇ ਜਦੋਂ ਉਹ 2 ਸਾਲ ਦੀ ਸੀ ਤਾਂ ਉਹਨਾਂ ਦਾ ਪਰਿਵਾਰ ਪੈਨਸਲਵੇਨੀਆ ਦੇ ਪਤਵਗ ਆ ਗਿਆ ਸੀ ਫਿਰ ਜਦੋਂ ਉਹ 5 ਸਾਲ ਦੀ ਹੋਈ ਤਾਂ ਉਹਨਾਂ ਦਾ ਪਰਿਵਾਰ ਉਯੋ ਦੇ ਸੰਸਨਾਟੀ ਵਿੱਚ ਵਸ ਗਿਆ ਜਿੱਥੇ ਉਹ ਵੱਡੀ ਹੋਈ ਉਹਨਾਂ ਨੇ ਮਿਆਮੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ ਦੁੱਗਲ ਨੇ ਜੁਲਾਈ ਵਿੱਚ ਸੈਨੇਟ ਦੀ ਸੁਣਵਾਈ ਦੌਰਾਨ ਵਿਦੇਸ਼ੀ ਸਬੰਧਾਂਵਾਰੀ ਕਮੇਟੀ ਨੂੰ ਕਿਹਾ ਸੀ ਮੈਂ ਭਾਰਤ ਵਿੱਚ ਪੈਦਾ ਹੋਈ ਪਰ ਮੇਰਾ ਪਾਲਣ ਪੋਸ਼ਣ ਅਮਰੀਕਾ ਵਿੱਚ ਹੋਇਆ ਦੁੱਗਲ ਇੱਕ ਤਜਰਬੇਕਾਰ ਸਿਆਸੀ ਕਾਰਕੁਨ ਹੋਣ ਦੇ ਨਾਲ ਨਾਲ ਔਰਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਮਜ਼ਬੂਤ ਵਕੀਲ ਵੀ ਹੈ ਉਹ ਹਿਊਮਨ ਰਾਈਟਸ ਵਾਚ ਦੀ ਸੈਨ ਫ੍ਰਾਂਸਿਸਕੋ ਕਮੇਟੀ ਦੀ ਮੈਂਬਰ ਵੀ ਹੈ ਰੈਜ਼ਿਡੈਂਸੀ ਐਡਵਾਈਜ਼ਰੀ ਫਾਰਮ ਹੈਨਲੇ ਐਂਡ ਪਾਰਟਨਰਸ ਗਰੁੱਪ ਦੀ ਇੱਕ ਰਿਪੋਰਟ ਦੇ ਮੁਤਾਬਕ ਨਿਊਯਾਰਕ ਟੋਕੀਓ ਤੇ ਸੈਂਟ ਫ੍ਰਾਂਸਿਸਕੋ ਖਾੜੀ ਖੇਤਰ ਅਜਿਹੇ ਸਥਾਨ ਨੇ ਜਿੱਥੇ ਸਭ ਤੋਂ ਜ਼ਿਆਦਾ ਕਰੋੜਪਤੀ ਰਹਿੰਦੇ ਨੇ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਸਭ ਤੋਂ ਜ਼ਿਆਦਾ ਕਰੋੜਪਤੀ ਵਾਲੇ ਚੋਟੀ ਦੇ 10 ਸ਼ਹਿਰਾਂ ਵਿੱਚੋਂ ਅੱਧੇ ਸੰਯੁਕਤ ਰਾਜ ਅਮਰੀਕਾ ਵਿੱਚ ਨੇ ਫਿਰ ਵੀ ਅੰਕੜਿਆਂ ਤੇ ਨੇੜਿਓ ਨਜ਼ਰ ਮਾਰਨ ਤੋਂ ਪਤਾ ਲੱਗਦਾ ਹੈ ਕਿ ਨਿਊਯਾਰਕ ਸ਼ਹਿਰ ਵਿੱਚ 2022 ਦੀ ਪਹਿਲੀ ਛਿਮਾਹੀ ਵਿੱਚ ਹਾਈ ਨੈਟ ਵਰਥ ਵਾਲੇ ਵਿਅਕਤੀਆਂ ਵਿੱਚ 12 ਫੀਸਦੀ ਦੀ ਕਮੀ ਆਈ ਹੈ ਜਦਕਿ ਸan franisco ਖਾੜੀ ਖੇਤਰ ਵਿੱਚ 4 ਫੀਸਦੀ ਦਾ ਵਾਧਾ ਦੇਖਿਆ ਗਿਆ ਚੌਥੇ ਸਥਾਨ ਤੇ ਕਾਬਜ਼ ਅਤੇ ਕਾਸਟ ਆਫ ਲੀਵਿੰਗ ਸੰਕਟ ਤੋਂ ਲੰਘ ਰਹੇ ਲੰਡਨ ਵਿੱਚ ਵੀ ਕਰੋੜਪਤੀਆਂ ਦੀ ਗਿਣਤੀ 'ਚ 9 ਫੀਸਦੀ ਦੀ ਖਰਾਬੜ ਦੇਖੀ ਗਈ ਰਿਪੋਰਟ ਵਿੱਚ ਕਰੋੜਪਤੀਆਂ ਨੂੰ 1 ਮਿਲੀਅਨ ਡਾਲਰ ਜਾਂ ਉਸ ਤੋਂ ਜ਼ਿਆਦਾ ਦੀ ਨਿਵੇਸ਼ ਯੋਗ ਜਾਇਦਾਦ ਦੇ ਰੂਪ ਵਿੱਚ ਪਰਵਾਹ ਕੀਤਾ ਗਿਆ ਉਥੇ ਖੂਫੀਆ ਫਾਰਮ ਨਿਊ ਵਰਲਡ ਵੈਲਥ ਵੱਲੋਂ 71 ਕੀਤੇ ਗਏ ਅੰਕੜੇ ਦੱਸਦੇ ਨੇ ਕਿ ਮਿਡਲ ਈਸਟ ਵਿੱਚ ਸਥਿਤ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਅਤੇ ਸੰਯੁਕਤ ਅਰਬ ਅਮੀਰਾਤ ਦਾ ਸ਼ਹਿਰ ਸ਼ਹਰਜਾ ਹੁਣ ਤੱਕ ਦੇ ਸਭ ਤੋਂ ਤੇਜ਼ੀ ਨਾਲ ਵੱਧਦੀ ਕਰੋੜਪਤੀਆਂ ਦੀ ਆਬਾਦੀ ਵਾਲੇ ਸ਼ਹਿਰ ਨੇ ਕੈਨੇਡਾ ਤੋਂ ਅਧਿਕਾਰਤ ਬਫਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਰਨਲ ਮੈਰੀ ਸਾਈਮਨ ਦੇ ਨਾਲ ਸੋਮਵਾਰ ਨੂੰ ਹੋਣ ਵਾਲੇ ਮਹਾਰਾਣੀ ਅਲੀਜ਼ਾਬੈਥ 2 ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਰਾਸ਼ਤਾਨੀ ਉਟਾਵਾ ਤੋਂ ਯੂਕੇ ਲਈ ਰਵਾਨਾ ਹੋਏਗਾ। ਉਹਨਾਂ ਦੇ ਨਾਲ ਸਾਬਕਾ ਗਵਰਨਰ ਜਰਨਲ ਮਾਈਕਲ ਜ਼ੀਨ ਅਤੇ ਡੇਵਿਡ ਜੋਹਨਸਟਨ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ, ਜ਼ੀਨ ਕ੍ਰਿਟੀਅਨ, ਪਾਲ ਮਾਰਟਨ ਅਤੇ ਸਟੀਫਨ ਮਹਾਰ ਪਰ ਵੀ ਸ਼ਾਮਲ ਹੋਣਗੇ। Brampton ਦੇ Sheridan Plaza ਵਿੱਚ ਬੀਤੀ 28 ਅਗਸਤ ਨੂੰ ਹੋਈ ਪੰਜਾਬੀ ਨੌਜਵਾਨਾਂ ਦੀ ਲੜਾਈ ਦੇ ਮਾਮਲੇ ਵਿੱਚ ਹਰਜੂਤ ਸਿੰਘ ਦੀ ਗ੍ਰਿਫਤਾਰੀ ਮਗਰੋਂ ਨਿਆਗਰਾ ਫਾਲਸ ਦੇ 24 ਸਾਲਾ ਮਨ ਸ਼ਰਨ ਮੱਲੀ ਵਿਰੁੱਧ ਗ੍ਰਿਫਤਾਰੀ ਬਰੰਟ ਜਾਰੀ ਕੀਤਾ ਗਿਆ ਹੈ। ਪੀਲ ਰਿਜਨਲ ਪੁਲਿਸ ਨੇ ਬੁੱਧਵਾਰ ਸ਼ਾਮਿਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਾ ਕਿ ਕੁੱਟਮਾਰ ਦੇ ਮਾਮਲੇ ਵਿੱਚ ਇੱਕ ਹੋਰ ਸ਼ੱਕੀ ਦੀ شناخت ਕੀਤੀ ਗਈ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਪੁਲਿਸ ਦੇ ਮੁਤਾਬਕ ਕੁਰਬਾਨ ਦੀ ਸ਼ਮੂਲੀਅਤ ਵਾਲੇ ਇਸ ਮਾਮਲੇ ਵਿੱਚ ਕਈ ਜਾਣੇ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਦੇ ਆਧਾਰ 'ਤੇ ਕਾਰਵਾਈ ਨੂੰ ਅੱਗੇ ਵਧਾਇਆ ਗਿਆ। ਬ੍ਰੈਂਟਨ ਦੇ ਮੈਕਲਾਫਲਿਨ ਰੋਡ ਅਤੇ ਸਟੀਲਜ਼ ਐਵਨਿਊ ਇਲਾਕੇ ਵਿੱਚ 28 ਅਕਤੂਬਰ ਨੂੰ ਵੱਡੇ ਤੜਕੇ ਵਾਪਰੀ ਬਾੜ ਦਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਿਹਾਦ ਵਾਇਰਲ ਹੋਣ ਲੱਗੀ ਤਾਂ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮਾਮਲੇ ਦੀ ਪਹਿਲੀ ਗ੍ਰਿਫਤਾਰੀ ਵੁੱਡਸਟਾਕ ਦੇ ਹਰਜੋਤ ਸਿੰਘ ਵਜੋਂ ਕੀਤੀ ਗਈ ਹੈ ਅਤੇ ਹੁਣ ਮਨਸ਼ਰਨ ਮੱਲੀ ਨੂੰ ਹਿਰਾਸਤ ਵਿੱਚ ਲੈਣ ਲਈ ਗ੍ਰਿਫਤਾਰੀ ਬਰੰਟ ਜਾਰੀ ਕੀਤੇ ਗਏ ਨੇ। ਬ੍ਰਾਮਟਨ ਦੇ ਮੇਅਰ ਦੀ ਚੋਣ ਲੜ ਰਹੀ ਨਿੱਕੀ ਕੌਰ ਦੇ ਦਫ਼ਤਰ ਵਿੱਚਕਾਰ ਵੱਜਣ ਦੀ ਘਟਨਾ ਭਾਵੇਂ ਹਾਦਸਾ ਸਾਬਤ ਹੋ ਗਈ ਪਰ ਕੌਂਸਲਰ ਦੀ ਚੋਣ ਲੜ ਰਹੇ ਰਮਨ 바ਸੂਦੇਵ ਦੀ ਕੁੱਟਮਾਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ 68 ਸਾਲ ਦੇ ਰਮਨ 바ਸੂਦੇਵ ਵਾਰਡ ਤੇ ਨੰਤੇ 4 ਤੋਂ ਉਮੀਦਵਾਰ ਨੇ ਅਤੇ ਦੋ ਜਾਣਿਆਂ ਨੇ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਹਮਲਾ ਕੀਤਾ ਰਮਨ 바ਸੂਦੇਵ ਨਹੀਂ ਜਾਣਦੇ ਕਿ ਇਹ ਹਮਲਾ ਸਿਆਸੀ ਤੌਰ ਤੇ ਪ੍ਰੇਰਿਤ ਜਾਂ ਹਮਲਾਵਰ ਕਿਸੇ ਹੋਰ ਮਕਸਦ ਨਾਲ ਆਏ ਸਨ ਪਰ ਉਹਨਾਂ ਨੇ ਪੂਰੇ ਜੋਸ਼ ਨਾਲ ਕਾਉਂਸਲਰ ਦੀ ਚੋਣ ਲੜਨ ਤੇ ਪ੍ਰਚਾਰ ਰਾਰੀ ਰੱਖਣ ਦਾ ਐਲਾਨ ਕੀਤਾ ਹੈ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਨੇ ਕਿਹਾ ਮੈਂ ਨਹੀਂ ਜਾਣਦਾ ਕਿ ਹਮਲਾਵਾਰ ਕਿਸ ਇਰਾਦੇ ਨਾਲ ਆਏ ਸਨ ਉਹ ਮੇਰੇ ਨੇੜੇ ਆਉਂਦੇ ਗਏ ਤੇ ਆਖਰਕਾਰ ਹਮਲਾ ਕਰ ਦਿੱਤਾ ਮੈਂ ਉਹਨਾਂ ਨੂੰ ਲਗਾਤਾਰ ਇਹੀ ਸਵਾਲ ਕਰਦਾ ਰਿਹਾ ਕਿ ਆਖਰੋਂ ਕੀ ਚਾਉਂਦੇ ਨੇ ਰਮਨ 바ਸੂਦੇਵ ਦੇ ਮੁਤਾਬਕ ਉਹ ਸਵੇਰੇ 5 ਵਜੇ ਆਪਣੇ ਘਰ ਨੇੜੇ ਡਾਕ ਇਕੱਠੇ ਕਰ ਰਹੇ ਸਨ ਕਿ ਦੋ ਜਣੇ ਅਚਾਨਕ ਆਤਮਕੇ ਉਹਨਾਂ ਨੇ ਰਮਨ 바ਸੂਦੇਵ ਦੇ ਚਿਹਰੇ ਅਤੇ ਪਿੱਠ ਤੇ ਜ਼ੋਰਦਾਰ ਵਾਰ ਕੀਤੇ ਹਮਲਾ ਇੰਨਾ ਅਚਾਨਕ ਹੋਇਆ ਕਿ ਰਮਨ 바ਸੂਦੇਵ ਨੂੰ ਸੰਭਲਣ ਦਾ ਮੌਕਾ ਨਾ ਮਿਲਿਆ ਪਰ ਅਚਾਨਕ ਹਮਲਾਵਾਰ ਉਥੋਂ ਦੌੜ ਗਏ Ontario ਵਿੱਚ ਹਸਪਤਾਲ ਦਾ ਮੰਝਾ ਵੇਲਾ ਕਰਨ ਤੋਂ ਨਾ ਕਰਨ ਵਾਲੇ ਬਜ਼ੁਰਗਾਂ ਨੂੰ 400 ਡਾਲਰ ਰੋਜ਼ਾਨਾ ਖਰਚ ਦੇਣਾ ਹੋਵੇਗਾ ਤੇ ਉਹਨਾਂ ਨੂੰ 150 ਕਿਲੋਮੀਟਰ ਦੇ ਘੇਰੇ ਵਿੱਚ ਕਿਸੇ ਵੀ ਨਰਸਿੰਗ ਹੋਮ ਵਿੱਚ ਭੇਜਿਆ ਜਾ ਸਕਦਾ ਹੈ ਡਗਫੋਰਡ ਸਰਕਾਰ ਵੱਲੋਂ ਅਗਸਤ ਦੇ ਅੰਤ ਵਿੱਚ ਪਾਸ ਕੀਤੇ ਬਿੱਲ 7 ਜਿਸ ਨੂੰ ਮੋਰ ਬੈਡਸ ਬੈਟਰ ਕੇਅਰ ਐਕਟ ਵਜੋਂ ਵੀ ਜਾਣਿਆ ਜਾਂਦਾ ਹੈ ਦੇ ਵਿਸਤਾਰਤ ਵੇਰਵੇ ਬੁੱਧਵਾਰ ਨੂੰ ਸਿਹਤ ਮੰਤਰੀ ਨੇ ਜਾਰੀ ਕੀਤੇ ਅਤੇ 400 ਡਾਲਰ ਰੋਜ਼ਾਨਾ ਵਾਲਾ ਖਰਚਾ 2 ਨਵੰਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ ਸੁਬੇ ਦੇ ਲੌਂਗ ਟਰਮ ਕੇਅਰ ਮਾਮਲਿਆਂ ਬਾਰੇ ਮੰਤਰੀ ਪੌਲ ਕੈਲੈਂਡਰਾ ਨੇ ਕਿਹਾ ਕਿ ਜਿਹੜਾ ਬਜ਼ੁਰਗ ਮਰੀਜ਼ 2 ਨਵੰਬਰ ਤੋਂ 24 ਘੰਟੇ ਦੇ ਅੰਦਰ ਹਸਪਤਾਲ ਵੱਲੋਂ ਛੁੱਟੀ ਦੇਣ ਤੇ ਮੰਜਾ ਖਾਲੀ ਨਹੀਂ ਕਰੇਗਾ ਉਸ ਤੋਂ ਇੱਕ ਖਰਚਾ ਵਸੂਲ ਕੀਤਾ ਜਾਏਗਾ ਇਸ ਅ हिसाब ਨਾਲ ਇੱਕ ਮਹੀਨਾ ਹਸਪਤਾਲ ਵਿੱਚ ਰਹਿਣ ਤੇ ਬਜ਼ੁਰਗ ਨੂੰ 12000 ਡਾਲਰ ਦੇਣੇ ਹੋਣਗੇ ਜਦਕਿ ਨਵਾਂ ਕਾਨੂੰਨ ਆਉਣ ਤੋਂ ਪਹਿਲਾਂ 62.18 ਡਾਲਰ ਦਾ ਖਰਚਾ ਵਸੂਲ ਕੀਤਾ ਜਾਂਦਾ ਸੀ ਸਿਹਤ ਮੰਤਰੀ ਸਿਲਵੀਆ ਜ਼ੋਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 400 ਡਾਲਰ ਦੀ ਰਕਮ ਇਸ ਕਾਰਤੇ ਲਾਗੂ ਕੀਤੀ ਜਾ ਰਹੀ ਹੈ ਕਿਉਂਕਿ ਹਸਪਤਾਲਾਂ ਵਿੱਚ ਨਵੇਂ ਮਰੀਜ਼ ਭਰਤੀਕਰਨ ਵਿੱਚ ਦਿੱਕਤਾਂ ਆ ਰਹੀਆਂ ਨੇ ਪਾਕਿਸਤਾਨ ਵਿੱਚ ਆਏ ਭਿਆਨਕ ਹੜ੍ਹ ਨੇ ਦੇਸ਼ ਦੇ ਵੱਡੇ ਹਿੱਸੇ ਨੂੰ ਡੁਬੋ ਦਿੱਤਾ। ਹੁਣ ਤੱਕ ਲਗਭਗ 1500 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਾਕਿਸਤਾਨ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਲਗਾਤਾਰ ਵੰਡੀ ਜਾ ਰਹੀ ਹੈ। ਅਧਿਕਾਰੀਆਂ ਨੇ ਤਬਾਹੀ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਲਈ ਰਾਹਤ ਕਾਰਜ ਤੇਜ਼ ਕਰ ਦਿੱਤੇ ਨੇ। ਪਾਕਿਸਤਾਨ ਵਿੱਚ ਰਿਕਾਰਡ ਮੌਨਸੂਨ ਮੀਂਹ ਅਤੇ ਉੱਤਰੀ ਪਹਾੜਾਂ ਵਿੱਚ ਗਲੇਸ਼ੀਅਰ ਪਿਗਲਣ ਕਾਰਨ 220 ਮਿਲੀਅਨ ਦੀ ਆਬਾਦੀ ਵਿੱਚੋਂ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਨੇ। ਹੜ੍ਹਾਂ ਕਾਰਨ ਕਾਹਾਂ ਆਵਾਜਾਈ, ਫਸਲਾਂ ਤੇ ਪਸ਼ੂਧਨ ਨੂੰ 30 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 1486 ਹੈ ਇਹਨਾਂ ਵਿੱਚ ਕ੍ਰੀਪ 530 ਬੱਚੇ ਸ਼ਾਮਲ ਨੇ ਇਸ ਦੇ ਨਾਲ ਹੀ ਹਜ਼ਾਰਾਂ ਪਸ਼ੂਆਂ ਦੀ ਵੀ ਮੌਤ ਹੋ ਚੁੱਕੀ ਹੈ ਪਿਛਲੇ ਕੁਝ ਹਫ਼ਤਿਆਂ ਵਿੱਚ ਅਧਿਕਾਰੀਆਂ ਨੇ ਹੜ੍ਹ ਦੇ ਪਾਣੀ ਨੂੰ ਵੱਡੇ ਢਾਂਚੇ ਜਿਵੇਂ ਕਿ ਪਾਵਰ ਸਟੇਸ਼ਨਾਂ ਅਤੇ ਘਰਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਇੱਥੇ ਕਿਸਾਨਾਂ ਨੂੰ ਪਸ਼ੂਆਂ ਨੂੰ ਬਚਾਉਣ ਦਾ ਨਵਾਂ ਖਤਰਾ ਮੰਡਾ ਰਿਹਾ ਕਿਉਂਕਿ ਪਸ਼ੂਆਂ ਲਈ ਚਾਰਾ ਖਤਮ ਹੋਣ ਲੱਗਾ ਹੈ ਸਰਕਾਰ ਅਤੇ ਸੰਯੁਕਤ ਰਾਸ਼ਟਰ ਨੇ ਰਿਕਾਰਡ ਤੋੜ ਗਰਮੀ ਦੇ ਤਾਪਮਾਨ ਦੇ ਮੱਦੇ ਨਜ਼ਰ ਵਧਦੇ ਪਾਣੀ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਟੈਂਟਾਂ ਜਾਂ ਸੜਕਾਂ ਤੇ ਖੁੱਲੇ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ ਬਰਤਾਨੀਆ ਦੀ ਮਹਾਰਾਣੀ ਅਲੀਜ਼ਾਬੈਥ ਦੀ 19 ਸਤੰਬਰ ਦਿਨ ਸੋਮਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਰਸਮਾਂ ਅਦਾ ਕੀਤੀਆਂ ਜਾਣਗੀਆਂ ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਣੇ ਲਗਭਗ 500 वीआईपी शामिल होंगे अमेरिका ਤੇ ਭਾਰਤ ਦੇ ਰਾਸ਼ਟਰਪਤੀ ਤੋਂ ਇਲਾਵਾ ਵੈਲਜੀਅਮ, ਸਵੀਡਨ, ਨੀਦਰਲੈਂਡਜ਼ ਅਤੇ ਸਪੇਨ ਦੇ ਰਾਜਾ ਰਾਣੀ ਵੀ ਸ਼ਾਮਲ ਹੋਣਗੇ। ਫਰਾਂਸ, ਬ੍ਰਾਜ਼ੀਲ, ਨਿਊਜ਼ੀਲੈਂਡ, శ్రీలంక, ਤੁਰਕੀ ਆਦ ਦੇਸ਼ਾਂ ਦੇ ਮੁਖੀ ਵੀ ਇਸ ਮੌਕੇ ਪਹੁੰਚ ਰਹੇ ਨੇ। ਜਦਕਿ ਰੂਸ, ਬੈਲਾਰੂਸ, ਮਾਨਮਾਰ ਅਤੇ ਈਰਾਨ ਨੂੰ ਸੱਦਾ ਨਹੀਂ ਦਿੱਤਾ ਗਿਆ। 1984 ਦੇ ਸਿੱਖ ਕਤਲਿਆਂ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਕਰਮਜੀਤ ਸਿੰਘ ਗਿੱਲ ਦੀ ਧਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਨੂੰ ਸਥਾਨਕ ਜ਼ਿਲ੍ਹਾ ਸੈਸ਼ਨ ਜੱਜ ਡੀਐਸ ਰਲਹਨ ਨੇ ਖਾਰਜ ਕਰ ਦਿੱਤਾ। ਇਸ ਸਬੰਧੀ ਕੁਲਵਿੰਦਰ ਸਿੰਘ ਰਾਮਦਾਸ ਨੇ ਦੱਸਿਆ ਕਿ ਕਰਮਜੀਤ ਸਿੰਘ ਗਿੱਲ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਉਸ ਦਾ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਕੋਈ ਇਰਾਦਾ ਨਹੀਂ ਸਗੋ ਆਪਣੇ ਸਿਆਸੀ ਗੁਰੂ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਮਥਾ ਟੇਕਣ ਗਿਆ ਸੀ ਜੋ ਕਿ ਇੱਕ ਅਪਰਾਧ ਨਹੀਂ ਹੈ ਉਤੇ ਕਮਿਸ਼ਨਰ ਰੇਟ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਉਸ ਖਿਲਾਫ ਧਾਰਮਿਕ ਭਾਵਨਾਵਾਪੜਕਾਉਣ ਦੇ ਦੋਸ਼ ਢੰਡ ਧਾਰਾ 153ਏ ਤਹਿਤ ਕੇਸ ਦਰਜ ਕੀਤਾ ਗਿਆ ਦੂਜੇ ਪਾਸੇ ਸਰਕਾਰੀ ਵਕੀਲ ਅੰਜੂ ਸ਼ਰਮਾ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਭਗਵੰਤ ਸਿਆਲ ਕਾ ਤੇ ਮਨਜੀਤ ਸਿੰਘ ਚੀਨਾ ਸਮੇਤ ਸਵਜੀਤ ਸਿੰਘ ਸਿਆਲ ਕਾ ਰੋਹਿਤ ਸ਼ਰਮਾ ਸੁਖਰਾਜ ਸਿੰਘ ਮਾਨ ਅਤੇ ਗੁਰਪ੍ਰੀਤ ਸਿੰਘ ਬਾਸਰਕੇ ਨੇ ਪੇਸ਼ ਹੋ ਕੇ ਦਲੀਲ ਦਿੱਤੀ ਕਿ ਕਥਿਤ ਦੋਸ਼ੀ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਨਹੀਂ ਗਿਆ ਸਗੋ ਫਿਰਕੂ ਭਾਵਨਾਵਾਂ ਉਹਨਾਂ ਨੇ ਕਿਹਾ ਕਿ ਵਿਅਕਤੀ ਪਹਿਲਾਂ ਦੂਸਰੀ ਟੀ-ਸ਼ਰਟ ਪਾ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਇਆ ਸੀ ਪਰ ਬਾਅਦ ਵਿੱਚ ਉਸਨੇ ਜਗਦੀਸ਼ ਟਾਇਟਲਰ ਦੀ ਟੀ-ਸ਼ਰਟ ਵਾਲੀ ਤਸਵੀਰ ਪਾਈ ਸ੍ਰੀ ਦਰਬਾਰ ਸਾਹਿਬ ਵਿੱਚ ਤਸਵੀਰਾਂ ਖਿੱਚੀਆਂ ਤੇ ਬਾਅਦ ਵਿੱਚ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਿਸ ਤੋਂ ਸਪਸ਼ਟ ਹੈ ਕਿ ਉਹ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਗਿਆ ਸੀ ਤਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮਲਜ਼ਮ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਸਿੰਗਾਪੁਰ ਦੀ ਅਦਾਲਤ ਵੱਲੋਂ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਚਾਕੂ ਨਾਲ ਇੱਕ ਅਜਨਬੀ ਨੂੰ ਮਾਰਨ ਦੇ ਦੋਸ਼ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ। ਸੂਰਜ ਸਿਕਰਨ ਦਿਵਕਰ ਮਨੀ ਤ੍ਰਿਪਾਠੀ ਨੇ ਹੱਤਿਆ ਦਾ ਦੋਸ਼ ਮੰਨ ਲਿਆ। ਚੈਨਲ ਨਿਊਜ਼ ਏਸ਼ੀਆ ਨੇ ਦੱਸਿਆ ਹੈ ਕਿ ਉਸਨੇ 10 ਮਈ 2020 ਨੂੰ 38 ਸਾਲ ਦੇ ਤਾਏ ਰੂਈ ਹਾਊ ਨੂੰ ਚਾਕੂ ਮਾਰ ਦਿੱਤਾ। ਜਦੋਂ ਉਹ ਦੋਵੇਂ ਜੋਗਿੰਗ ਕਰ ਰਹੇ ਸਨ ਉਹ ਤਾਏ ਦੋਵੇਂ ਪੁੰਗਰ ਗੋਲ ਚਰਿੰਦੇ ਸਨ ਪਰ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਜਾਣਕਾਰੀ ਦੇ ਅਨੁਸਾਰ ਸੂਰਜ ਸਿਕਰਨ ਲਈ 10 ਮਈ ਇੱਕ ਮਹੱਤਮਪੂਰਨ ਤਾਰੀਖ ਸੀ ਕਿਉਂਕਿ ਉਸ ਦਿਨ ਉਸਤੇ ਪਿਤਾ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਸੀ ਉਸ ਦਿਨ ਜਦੋਂ ਤਾਇੇ ਦੌੜਦੇ ਸਮੇਂ ਸੂਰਜ ਸਿਕਰਨ ਤੋਂ ਅੱਗੇ ਲੰਘ ਗਿਆ ਤਾਂ ਸੂਰਜ ਸਿਕਰਨ ਨੇ ਆਪਣੇ ਖਿਝ ਕੱਢਣ ਦੇ ਲਈ ਤਾਇ ਦਾ ਕਤਲ ਕਰ ਦਿੱਤਾ ਬੁੱਕ ਮਾਈ ਸ਼ੋ ਦੇ ਪ੍ਰਮੋਟਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਮਸ਼ਹੂਰ ਪੌਪ ਸਟਾਰ ਜਸਟਿਨ ਬੀਬਰ ਨੇ ਸਿਹਤ ਕਾਰਨਾਂ ਕਰਕੇ ਆਪਣੇ ਜਸਟਿਨ ਬੀਬਰ ਵਰਲਡ ਟੂਰ ਤੇ ਭਾਰਤ ਟੂਰੇ ਨੂੰ ਰੱਦ ਕਰ ਦਿੱਤਾ ਗ੍ਰਾਮੀ ਪੁਰਸਕਾਰ ਜੇਤੂ ਜਸਟਿਨ ਵੀਬਰ ਨੇ ਆਪਣੇ ਜਸਟਿਨ ਵੀਬਰ 월ਡ ਟੂਰ ਦੇ ਹਿੱਸੇ ਵਿੱਚੋਂ ਭਾਰਤ ਦੇ ਦੌਰੇ ਮੌਕੇ 18 ਅਕਤੂਬਰ 2022 ਨੂੰ ਨਵੀਂ ਦਿੱਲੀ ਵਿਖੇ ਸ਼ੋਅ ਕਰਨਾ ਸੀ ਪਰ ਚਿਹਰੇ ਦਾ ਅਦਰੰਗ ਹੋਣ ਦੇ ਚੱਲਦੇ ਹੁਣ ਉਹ ਭਾਰਤ ਨਹੀਂ ਆ ਸਕਣਗੇ। ਉਹਨਾਂ ਨੇ ਦੱਸਿਆ ਹੈ ਕਿ ਸੰਗੀਤ ਸ਼ੋਅ ਰਲਦ ਕੀਤੇ ਜਾਣ ਤੇ ਉਹ ਬਹੁਤ ਨਿਰਾਸ਼ ਨੇ। ਕਰੋਨਾ ਮਹਾਮਾਰੀ ਵੇਲੇ ਬੰਦ ਹੋਏ ਭਾਰਤ-부ਟਾਨ ਸਰਹੱਦ ਸਥਿਤ 게ਟ ਹੁਣ 23 ਸਤੰਬਰ ਨੂੰ ਮੁੜ ਖੋਲੇ ਜਾਣਗੇ। ਭਾਰਤ ਤੇ ਭੂਟਾਨ ਸਰਹੱਦ ਤੇ ਸਮਰੂਪ ਚੌਂਖਾਰ ਤੇ ਆਸਾਨਦੀ ਸਰਹੱਦ ਨਾਲ ਲੱਗਦੇ ਜ਼ਲੇਫੂ ਦੇ ਗੇਟ ਸਲਾਨੀਆਂ ਲਈ ਖੋਲ ਦਿੱਤੇ ਜਾਣਗੇ। ਬੁੱਧਵਾਰ ਨੂੰ ਗ੍ਰਹਿ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਚ ਹਿਮਾਲੀਅਨ ਕਿੰਗਡਮ ਦੇ ਡਾਇਰੈਕਟਰ ਤਾਸ਼ੀ ਪਿੰਜ਼ੋਰ ਨੇ ਕਿਹਾ ਕਿ ਕਰੋਨਾ ਮਹਾਮਾਰੀ ਸੰਬੰਧੀ ਹਾਲਾਤਾਂ ਤੇ ਕਾਬੂ ਪਾਉਣ ਮਗਰੋਂ ਹੁਣ ਭੂਟਾਨ ਸਰਕਾਰ ਵੱਲੋਂ ਸਰਹੱਦ ਖੋਲਣ ਦਾ ਫੈਸਲਾ ਕੀਤਾ ਹੈ। ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ 'ਚ ਦਾਖਲਾ ਦੇਣ ਦੀ ਮੰਗ ਤੇ ਸੁਪਰੀਮ ਕੋਰਟ ਵਿੱਚ ਵੀਰਵਾਰ ਨੂੰ ਸੁਣਵਾਈ ਟਲ ਗਈ ਹੈ ਇਸ ਮਾਮਲੇ 'ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਇੱਕ ਹਲਫਨਾਮਾ ਦਾਖਲ ਕਰਕੇ ਕਿਹਾ ਕਿ ਨਾ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ 'ਚ ਦਾਖਲਾ ਦੇਣਾ ਕਾਨੂੰਨੀ ਤੌਰ ਤੇ ਸੰਭਵ ਨਹੀਂ ਹੈ ਸਰਕਾਰ ਨੇ ਕਿਹਾ ਕਿ ਉਹ ਵਿਦਿਆਰਥੀ ਨੇ ਜੋ ਜਾਂ ਤਾਂ NEET 'ਚ ਘੱਟ ਅੰਕਾਂ ਕਾਰਨ ਜਾਂ ਸਸਤੀ ਪੜ੍ਹਾਈ ਲਈ ਉੱਥੇ ਗਏ ਸਨ ਕੇਂਦਰ ਨੇ ਦੱਸਿਆ ਕਿ ਇਹ ਵਿਦਿਆਰਥੀ ਯੂਕਰੇਨ ਦੇ ਕਾਲਜ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਦੂਜੇ ਦੇਸ਼ਾਂ 'ਚ ਡਿਗਰੀ ਪੂਰੀ ਕਰਨ ਦੀ ਛੋੜ ਕਰ ਸਕਦੇ ਨੇ ਕੇਂਦਰ ਨੇ ਹਲਫਨਾਮੇ 'ਚ ਕਿਹਾ ਕਿ ਜੇਕਰ ਇਹਨਾਂ ਵਿਦਿਆਰਥੀਆਂ ਨੂੰ ਖਰਾਬ ਮੈਰਿਟ ਦੇ ਬਾਵਜੂਦ ਦੇਸ਼ ਦੇ ਸਭ ਤੋਂ ਪ੍ਰਮੁੱਖ ਮੈਡੀਕਲ ਕਾਲਜਾਂ 'ਚ ਦਾਖਲਾ ਦਿੱਤਾ ਜਾਂਦਾ ਹੈ ਤਾਂ ਇਹ ਉਹਨਾਂ ਵਿਦਿਆਰਥੀਆਂ ਨਾਲ ਨਾ ਇਨਸਾਫੀ ਹੋਏਗੀ ਜੋ ਘੱਟ ਨੀਟ ਸਕੋਰ ਕਾਰਨ ਇਹਨਾਂ ਕਾਲਜਾਂ 'ਚ ਦਾਖਲਾ ਨਹੀਂ ਲੈ ਸਕੇ ਅਤੇ ਉਹਨਾਂ ਨੂੰ ਹੋਰ ਕਾਲਜਾਂ 'ਚ ਦਾਖਲਾ ਲੈਣਾ ਪਿਆ ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਜੇਕਰ ਇਹਨਾਂ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਾਈਵੇਟ ਕਾਲਜਾਂ 'ਚ ਦਾਖਲਾ ਦਿੰਦੇ ਆ ਤਾਂ ਉਹ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਫੀਸਾਂ ਭਰਨ ਦੇ ਸਮਰੱਥ ਵੀ ਨਹੀਂ ਹੋ ਸਕਦੇ ਨੇ ਭਾਰਤ ਦੇ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਲਈ ਇੱਥੋਂ 8 ਚੀਤਿਆਂ ਨੂੰ ਲਿਜਾਣ ਲਈ ਇੱਕ ਵਿਸ਼ੇਸ਼ 2747 ਜਹਾਜ਼ ਨਾਮਬੀਆ ਦੀ ਰਾਜਧਾਨੀ ਵਿਂਡਹੌਕ ਪਹੁੰਚ ਗਿਆ। ਭਾਰਤ ਵਿੱਚ 1950 ਦੇ ਬਾਅਦ ਚੀਤਿਆਂ ਦੇ ਅਲੋਪ ਹੋਣ ਦੇ ਬਾਅਦ ਉਹਨਾਂ ਨੂੰ ਫਿਰ ਤੋਂ ਦੇਸ਼ ਵਿੱਚ ਭੇਜਿਆ ਜਾ ਰਿਹਾ। ਚੀਤਿਆਂ ਨੂੰ ਲਿਆਉਣ ਲਈ ਭੇਜੇ ਗਏ ਜਹਾਜ਼ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਵਿਂਡਹੌਕ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਟਵੀਟ ਕੀਤਾ, "ਟਾਈਗਰਸ ਦੀ ਭੂਮੀ ਭਾਰਤ ਵਿੱਚ ਸਦਭਾਵਨਾ ਰਾਜਦੂਤਾਂ ਨੂੰ ਲਿਆਉਣ ਲਈ ਵੀਰਾਂ ਦੀ ਭੂਮੀ ਵਿੱਚ ਇੱਕ ਵਿਸ਼ੇਸ਼ ਜਹਾਜ਼ ਪਹੁੰਚ ਗਿਆ।" ਚੀਤਿਆਂ ਦੇ ਅੰਤਰ ਮਹਾਦੀਪੀ ਪ੍ਰਵਾਸ ਦੇ ਇੱਕ ਪ੍ਰੋਜੈਕਟ ਦੇ ਹਿੱਸੇ ਵਜੋਂ ਇੱਕ ਕਾਰਕੁਝੀ ਜਹਾਜ਼ ਵਿੱਚ 8 ਚੀਤੇ 17 ਸਤੰਬਰ ਨੂੰ ਰਾਜਸਥਾਨ ਦੇ ਜੈਪੁਰ ਪਹੁੰਚਣਗੇ ਨਾ ਵਿੱਚੋਂ 5 ਮਾਦਾ ਤੇ 3 ਨਰ ਨੇ ਇਸ ਤੋਂ ਬਾਅਦ ਜੈਪੁਰ ਤੋਂ ਹੈਲੀਕਾਪਟਰ ਰਾਹੀਂ ਮੱਧ ਪ੍ਰਦੇਸ਼ ਦੇ ਸ਼ਿਓਪਰ ਜ਼ਿਲ੍ਹੇ ਵਿੱਚ ਆਪਣੇ ਨਿਵਾਸ ਕੂਨੋ نیشنل ਪਾਰਕ ਜਾਣਗੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਆਪਣੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਭੰਗ ਕਰਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਉੱਤਰ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਨੂੰ ਭੰਗ ਕਰਨ ਦਾ ਫੈਸਲਾ ਲਗਭਗ ਕਰ ਲਿਆ ਤੇ ਇਸ ਸੰਬੰਧੀ ਭਾਜਪਾ ਹਾਈ ਕਮਾਂਡ ਨਾਲ ਗੱਲ ਵੀ ਹੋ ਚੁੱਕੀ ਹੈ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਪੰਜਾਬ ਲੋਕ ਕਾਂਗਰਸ ਅਤੇ ਪੰਜਾਬ ਭਾਜਪਾ ਨੇ ਸਾਂਝੇ ਤੌਰ ਤੇ ਚੋਣਾਂ ਲੜੀਆਂ ਸਨ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਲੋਕ ਕਾਂਗਰਸ ਦਾ ਕੋਈ ਖਾਤਾ ਨਹੀਂ ਖੁੱਲਿਆ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਚੋਣ ਹਾਰ ਗਏ ਸਨ ਵੰਡਨਯੋਗ ਹੈ ਕਿ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਲਾਂਬੇ ਕਰਨ ਤੋਂ ਬਾਅਦ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਸੀ। ਵਿਦੇਸ਼ ਅਤੇ ਦੇਸ਼ ਤੋਂ ਗਲਤ ਗੁੰਮਰਾਹਕੁੰਨ ਜਾਣਕਾਰੀ ਨਾਲ ਡਰਾ ਕੇ ਜਾਂ ਭਰਮਾ ਕੇ ਲੋਕਾਂ ਨਾਲ ਠੱਗੀ ਕਰਨ ਵਾਲਿਆਂ ਦੀ ਠੱਗੀ ਲਗਾਤਾਰ ਵੱਧਦੀ ਜਾ ਰਹੀ ਹੈ। ਪਜਲੇ ਦਿਨੀ ਹੋਈ ਆਨਲਾਈਨ ਠੱਗੀਆਂ ਦੀ ਤਰ੍ਹਾਂ ਪਿੰਡ ਗਿਲ ਵਾਸੀ ਵਿਅਕਤੀ ਵੀ 8 ਰੁਪਏ ਲੁੱਟਾ ਬੈਠਾ। ਅਡੀਸ਼ਨਲ ਐਸ ਐਚਓ ਐਸ ਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਬਖਸ਼ੀਸ਼ ਸਿੰਘ ਪੁੱਤਰ ਭਗਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਹੈ ਆਪਣੇ ਬਿਆਨ ਵਿੱਚ ਬਖਸ਼ੀਸ਼ ਨੇ ਦੱਸਿਆ ਕਿ 2 ਸਤੰਬਰ ਨੂੰ ਉਸ ਨੂੰ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਐਡਵੋਕੇਟ ਨੰਦਾ ਦੱਸਦੇ ਹੋਏ ਆਖਿਆ ਕਿ ਉਸ ਦਾ પતિ ਜੱਕ ਕੈਨੇਡਾ ਵਿੱਚ ਲੜਾਈ ਝਗੜੇ ਦੇ ਕੇਸ ਵਿੱਚ ਫਸ ਗਿਆ ਅਤੇ ਉਸ ਦਾ ਵਕੀਲ ਹੈ ਉਸ ਨੂੰ ਬਚਾਉਣ ਲਈ ਉਸ ਨੇ 8 ਲੱਖ ਰੁਪਏ ਦੀ ਮੰਗ ਕੀਤੀ ਹੈ ਜਿਸ ਤੇ ਸ਼ਿਕਾਇਤ ਕਰਤਾ ਨੇ ਚਾਂਸ ਦੇ ਵਿੱਚ ਆ ਕੇ ਮਨਾਲੀ ਇੰਦੌਰ ਅਤੇ ਵਿਹਾਰ ਦੇ ਬੈਂਕ ਖਾਤਿਆਂ ਵਿੱਚ ਰਕਮ ਪਾ ਦਿੱਤੀ। ਬਾਅਦ ਵਿੱਚ ਉਹ ਵਿਅਕਤੀ ਜਦੋਂ 20 ਲੱਖ ਰੁਪਏ ਦੀ ਹੋਰ ਮੰਗ ਕਰਦੇ ਹੋਏ ਬਾਰ-ਬਾਰ ਫੋਨ ਕਰਨ ਲੱਗ ਪਿਆ ਤਾਂ ਉਸ ਨੂੰ ਸ਼ੱਕ ਹੋ ਗਿਆ। ਇਸ ਦੌਰਾਨ ਫੋਨ ਕਰਨ ਵਾਲਾ ਵਿਅਕਤੀ ਉਸ ਨਾਲ ਕਾਨਫਰੰਸ ਕਾਲ ਦੌਰਾਨ ਪਾਕਿਸਤਾਨ ਦੇ ਨੰਬਰ ਤੇ ਗੱਲ ਕਰਦਾ ਸੀ। ਆਪਣੇ ਨਾਲ ਹੋਈ ਠੱਗੀ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਠੱਗੀ ਹੋਈ ਹੈ ਤੇ ਉਸ ਦੇ ਭਤੀਜੇ ਦੇ ਨਾਮ ਤੇ ਠੱਗੀ ਹੋਈ ਹੈ ਉਸ ਵਿਅਕਤੀ ਨੇ ਪਹਿਲਾਂ ਆਪਣੇ ਭਤੀਜੇ ਦੇ ਨਾਲ ਗੱਲ ਕਿਉਂ ਨਹੀਂ ਕੀਤੀ? ਬੀਤੇ ਦਿਨੀ ਜਲੰਧਰ ਦੇ ਪਿੰਡ ਤਾਜਪੁਰ ਵਿਖੇ 4 ਸਾਲਾ ਬੱਚੀ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਚਰਚ ਦੇ ਮੁਖੀ ਤੇ ਇਲਜ਼ਾਮ ਵੀ ਲੱਗੇ ਇਸ ਦੌਰਾਨ ਧਰਮ ਪਰਿਵਰਤਨ ਨੂੰ ਲੈ ਕੇ ਵੀ ਨਾ ਚਰਚਾਂ ਤੇ ਕਾਫੀ ਇਲਜ਼ਾਮ ਲੱਗ ਰਹੇ ਨੇ ਇਹਨਾਂ ਇਲਜ਼ਾਮਾਂ ਦਰਮਿਆਨ ਤਾਜਪੁਰ ਚਰਚ ਦੇ ਮੁਖੀ ਬਜਿੰਦਰ ਮੀਡੀਆ ਦੇ ਨਾਲ ਰੂਬਰੂ ਹੋਏ ਇਸ ਦੌਰਾਨ ਬਜਿੰਦਰ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਵੀ ਧਰਮ ਪਰਿਵਰਤਨ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਜਿਸ ਛੋਟੀ ਬੱਚੀ ਦੀ ਬੀਤੇ ਦਿਨੀ ਮੌਤ ਹੋਈ ਹੈ ਉਹ ਕੈਂਸਰ ਤੋਂ ਪੀੜਤ ਸੀ ਅਤੇ ਉਸਦੀ ਮਾਂ ਪਿਛਲੇ 9 ਮਹੀਨਿਆਂ ਤੋਂ ਆਪਣੀ ਬਰਤੀ ਨਾਲ ਚਰਚਾਰੇ ਸੀ ਉਹਨਾਂ ਨੇ ਦੱਸਿਆ ਕਿ ਬੱਚੀ ਦਾ ਇਲਾਜ ਦਿੱਲੀ ਦੇ ਏਮਜ਼ ਹਸਪੀਟਲ ਵਿੱਚ ਚੱਲਦਾ ਸੀ ਜਿਸ ਤੇ ਡਾਕਟਰਾਂ ਨੇ ਆਖਰੀ ਸਟੇਜ ਹੋਣ ਕਾਰਨ ਉਸ ਨੂੰ ਜਵਾਬ ਦੇ ਦਿੱਤਾ ਧਰਮ ਪਰਿਵਰਤਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅੱਜ ਵੀ ਉਹ ਆਪਣੇ ਪਹਿਲਾ ਨਾਂ ਨਾਲ ਹੀ ਜਾਣੇ ਜਾਂਦੇ ਨੇ ਉਹਨਾਂ ਨੇ ਅਜੇ ਤੱਕ ਆਪਣਾ ਨਾਮ ਨਹੀਂ ਬਦਲਿਆ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਉਹ ਆਪਣੀ ਆਸਥਾ ਨੂੰ ਲੈ ਕੇ ਇੱਥੇ ਆਉਂਦੇ ਨੇ ਤੇ ਸੰਵਿਧਾਨ ਦੇ ਮੁਤਾਬਕ ਹਰ ਕਿਸੇ ਨੂੰ ਕਿਸੇ ਵੀ ਧਰਮ ਨੂੰ ਮੰਨਣ ਤੋਂ ਨੇ ਰੋਕਿਆ ਜਾ ਸਕਦਾ ਉਹਨਾਂ ਨੇ ਕਿ ਅਸੀਂ ਵੀ ਇਨਸਾਨ ਹਾਂ ਭਗਵਾਨ ਨਹੀਂ ਹਾਂ ਭਗਵਾਨ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ ਉਹਨਾਂ ਨੇ ਕਿਹਾ ਕਿ ਭਗਵਾਨ ਨੇ ਸਾਨੂੰ ਅਸੀਸ ਦਿੱਤੀ ਹੈ ਕਿ ਅਸੀਂ ਲੋਕਾਂ ਵਾਸਤੇ ਦੁਆ ਕਰੀਏ ਤੇ ਉਹ ਠੀਕ ਹੋ ਜਾਣ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਾਂ ਨੂੰ ਵੀ ਸਰੀਰਿਕ ਤੌਰ ਤੇ ਸਮੱਸਿਆ ਸੀ ਜਿਸ ਤੋਂ ਬਾਅਦ ਕਿਸੇ ਪਾਸਟਰ ਨੇ ਉਹਨਾਂ ਲਈ ਦੁਆ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਵੀ ਆਪਣਾ ਮਨਿਸਤ ਰਮਲ ਕਰ ਲਿਆ ਬੀਤੇ ਦਿਨ ਬਿਸ਼ਪ ਨੇ ਅੰਮ੍ਰਿਤਸਰ ਵਿਖੇ ਅਕਾਲ ਤਖਤ ਦੇ ਜਥੇਦਾਰਾਂ ਤੇ মিডিਆ ਸਾਹਮਣੇ ਬਿਆਨ ਦਿੱਤੇ ਸਨ ਕਿ ਜਿਹੜੇ ਪੈਂਟਿਕਾਸਟਰ ਚਰਚ ਨੇ ਉਹ ਸਾਡਾ ਹਿੱਸਾ ਨਹੀਂ ਹਨ ਇਸ ਬਿਆਨ ਤੇ ਬਜਿੰਦਰ ਨੇ ਕਿਹਾ ਕਿ ਘਰ ਚ ਤਿੰਨ ਭਰਾ ਹੁੰਦੇ ਨੇ ਉਹਨਾਂ ਚ ਝਗੜਾ ਵੀ ਅਕਸਰ ਹੋ ਜਾਂਦਾ ਹੈ ਉਹ ਵੀ ਸਾਡੇ ਭਾਈ ਨੇ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਚਰਚ ਜਾਂਦੇ ਹੋ ਤਾਂ ਦਵਾਈ ਛੱਡ ਦਿਓ ਇਸ ਤੇ ਬਜਿੰਦਰ ਕਹਿੰਦੇ ਨੇ ਕਿ ਉਹ ਲੋਕ ਬੇਵਕੂਫ ਨੇ ਜੋ ਅਜਿਹੀਆਂ ਗੱਲਾਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਦਵਾਈ ਦੇ ਨਾਲ ਦੁਆ ਵੀ ਜ਼ਰੂਰੀ ਹੈ ਇਸ ਤੋਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ